ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਸਾਥੀ 골ਡੀ ਬਰਾੜ ਦਾ ਪਤਾ ਦੱਸ ਦਿੱਤਾ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਸਾਥੀ 골ਡੀ ਬਰਾੜ ਦਾ ਪਤਾ ਦੱਸ ਦਿੱਤਾ ਹੈ ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ 골ਡੀ ਬਰਾੜ ਉਸ ਦੇ ਸਾਰੇ ਟਿਕਾਣਿਆਂ ਦੀ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਸਾਥੀ ਗੋਲਡੀ ਬਰਾੜ ਦਾ ਇਸ ਵੇਲੇ ਪਤਾ ਦੱਸ ਦਿੱਤਾ ਹੈ ਕਿ ਉਹ ਕਿੱਥੇ ਰਹਿ ਰਿਹਾ ਹੈ ਔਰ ਕੈਨੇਡਾ ਦੇ ਵਿੱਚ ਕਿੱਥੇ-ਕਿੱਥੇ ਉਹਦੇ ਟਿਕਾਣੇ ਨੇ ਤੇ ਇਸ ਵੇਲੇ ਉਸਨੇ ਉਸਦੇ ਸਾਥੀਆਂ ਦੇ ਵੀ ਰਾਜ ਖੋਲ ਦਿੱਤੇ ਨੇ ਉਹਦੇ ਸਾਥੀ ਕਿੱਥੇ-ਕਿੱਥੇ ਰਹਿ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਦਾ ਪਤਾ ਦੇ ਉਸ ਦੇ ਸਾਥੀਆਂ ਦਾ ਵੀ ਪਤਾ ਦੱਸਿਆ ਹੈ ਔਰ ਇਸ ਵੇਲੇ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਨੇ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦਾ ਪੂਰਾ ਜਿਹੜਾ ਇਸ ਵੇਲੇ ਪੂਰੀ ਜਿਹੜੀ ਹੈ ਸਾਜਿਸ਼ ਰਚੀ ਸੀ ਔਰ ਉਹ ਵੀ ਜਿਹੜੀ ਜਾਣਕਾਰੀ ਪੁਲਿਸ ਤਾਈਂ ਮੁਹੱਈਆ ਕਰਵਾਈ ਗਈ ਹੈ ਤਾਂ ਫਿਲਹਾਲ ਇਸ ਵੇਲੇ ਤਾਂ ਦੱਸ ਦਿੰਦੇ ਆ ਕਿ ਇਸ ਵੇਲੇ ਦੀ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ 골ਡੀ ਬਰਾਰ ਦਾ ਪਤਾ ਦੱਸਿਆ ਹੈ ਔਰ ਉਸਦੇ ਕਿੰਨੇ ਟਿਕਾਣੇ ਕੈਨੇਡਾ ਦੇ ਵਿੱਚ ਨੇ ਇਹ ਵੀ ਸਾਂਝਾ ਕਰ ਦਿੱਤੇ ਨੇ ਅਰ ਇਸ ਦੇ ਨਾਲ ਉਸ ਦੇ ਸਾਥੀ ਕੌਣ ਕੌਣ ਨੇ ਐਵੀ ਜੜੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਤਾਂ ਗੋਲਡੀ ਬਰਾੜ ਜੋ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਬੈਠਾ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ ਪੂਰੀ ਜੜੀ ਉਸ ਨੇ ਸਾਜ਼ਿਸ਼ ਰਚੀ ਸੀ ਕੈਨੇਡਾ ਵਿੱਚ ਬੈਠੇ ਨੇ ਕਿਸ ਤਰੀਕੇ ਦੇ ਨਾਲ ਰੇਕੀ ਕਰਵਾਉਂਦਾ ਰਿਹਾ ਕਿੰਨੇ ਉਸ ਦੇ ਨਾਲ ਹੋਰ ਬੰਦੇ ਸ਼ਾਮਲ ਨੇ ਤਾਂ ਇਸ ਵੇਲੇ ਹਰ ਹਰ ਜਿਹੜੀ ਜਾਣਕਾਰੀ ਹੈ ਉਹ ਲਾਰੈਂਸ ਬਿਸ਼ਨੋਈ ਦੇ ਵੱਲੋਂ ਮੁਹੱਈਆ ਕਰਵਾਈ ਗਈ ਹੈ ਤਾਂ ਲਾਰੈਂਸ ਬਿਸ਼ਨੋਈ ਨੇ ਇਸ ਵੇਲੇ ਇੱਕ ਬੋਲਿਆ ਹੈ ਕਿ ਜਿੱਥੇ ਉਹ ਦੋ ਸ਼ਾਪ ਸ਼ੂਟਰਾਂ ਨੂੰ ਪਛਾਣਦਾ ਹੈ ਉਸਨੇ ਜਗਰੂਪ ਰੂਪਾ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੂਸਰਾ ਮੋਗਾ ਦਾ ਨਿਵਾਸੀ ਹੈ ਮੋਨੂ ਖੁੱਸਾ ਉਸ ਦਾ ਨਾਮ ਵੀ ਸਾਹਮਣੇ ਆਇਆ ਹੈ ਉਸ ਨੂੰ ਜਿਹੜਾ ਪਛਾਣਿਆ ਹੈਗਾ ਹੈ ਔਰ ਦੋ ਸ਼ਾਪ ਸ਼ੂਟਰਾਂ ਦੀ ਪਛਾਣ ਕੀਤੀ ਹੈ ਲਾਰੈਂਸ ਬਿਸ਼ਨੋਈ ਨੇ ਇਹ ਮੰਨਿਆ ਹੈ ਕਿ ਜਿਹੜੇ ਦੋਵੇਂ ਸ਼ੂਟਰ ਨੇ ਇਹ 골ਡੀ ਬਰਾਡ ਦੇ ਸੰਪਰਕ ਵਿੱਚ ਸੀ 골ਡੀ ਬਰਾਡ ਨਾਲ ਸਿਗਨਲ ਐਪ ਦੇ ਜਰੀਏ ਗੱਲਬਾਤ ਵੀ ਕਰਿਆ ਕਰਦੇ ਸੀ ਔਰ ਇਸ ਦੇ ਨਾਲ ਹੀ ਇਸ ਵੇਲੇ ਇਸ ਵੀਰੇ ਤੁਹਾਨੂੰ ਦੱਸ ਦਿੰਨੇ ਆ ਕਿ ਲਾਰੈਂਸ ਬਿਸ਼ਨੋਈ ਨੇ ਜੋ ਹੁਣ ਤੱਕ ਖੁਲਾਸੇ ਕੀਤੇ ਨੇ ਵੱਡਾ ਖੁਲਾਸਾ ਕੀਤਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਦੋ ਸ਼ਾਫਿਊਟਰਨ ਜਿੱਥੇ ਪਹਿਲਾਂ ਪਛਾਣਿਆ ਉੱਥੇ ਹੁਣ ਗੋਲਡੀ ਬਰਾੜ ਦੇ ਪਤਾ ਵੀ ਦੱਸਿਆ ਹੈ ਗੋਲਡੀ ਬਰਾੜ ਦੇ ਟਿਕਾਣਿਆਂ ਦਾ ਪਤਾ ਦੱਸਿਆ ਗਿਆ ਕਿੱਥੇ ਕਿੱਥੇ ਉਹਦੇ ਟਿਕਾਣੇ ਹੈਗੇ ਨੇ ਉਹ ਜਿਹੜੀ ਜਾਣਕਾਰੀ ਹੈ ਮੁਹੱਈਆ ਕਰਵਾਈ ਗਈ ਹੈ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਦੇ ਜਿੰਨੇ ਵੀ ਸਾਥੀ ਨੇ ਉਨਾ ਬਾਰੇ ਜਾਣਕਾਰੀ ਵੀ ਜਿਹੜੀ ਐ ਦਿੱਤੀ ਗਈ ਐ 골ਡੀ ਬ੍ਰਾਂਡ ਇਸ ਵੇਲੇ ਕਿੱਥੇ ਰਹਿੰਦਾ ਐ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ ਪੂਰੀ ਜਿਹੜੀ ਪਲਾਨਿੰਗ ਕੀਤੀ ਗਈ ਐ ਕੌਣ ਕੌਣ ਇਹਦੇ ਵਿੱਚ ਸ਼ਾਮਲ ਐ ਹਥਿਆਰ ਕਿਸ ਤਰੀਕੇ ਨਾਲ ਆਏ ਨੇ ਔਰ ਇਸ ਦੇ ਨਾਲ ਹੀ ਕੱਲ ਵੀ ਜਿਹੜਾ ਪੁਲਿਸ ਨੇ ਗ੍ਰਫਤਾਰ ਕੀਤਾ ਸੀ ਇੱਕ ਸ਼ਾਪ ਸ਼ੂਟਰ ਲਗਾਤਾਰ ਜਿਹੜੇ ਇਸ ਵੇਲੇ ਸ਼ਾਪ ਸ਼ੂਟਰ ਵੀ ਅੜਿੱਕੇ ਚੜਦੇ ਹੋਏ ਨਜ਼ਰ ਆ ਰਹੇ ਨੇ ਔਰ ਪੁਲਿਸ ਲਗਾਤਾਰ ਲੋਰੈਂਸ ਬਿਸ਼ਨੂਈ ਤੋਂ ਪੁਸ਼ਕਿਸ਼ ਕਰੀਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਹੁੰਦਾ ਹੈ ਔਰ ਹਰ ਹਰ ਕੋਈ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਜਿੱਥੇ ਸੰਤੋਸ਼ ਯਾਦਵਾਰੇ ਵੱਡਾ ਖੁਲਾਸਾ ਕੀਤਾ ਹੈ ਪੁਲਿਸ ਨੇ ਉਥੇ ਦੱਸਿਆ ਗਿਆ ਹੈ ਕਿ 13 ਜਿਹੜੇ ਹਥਿਆਰ ਨੇ ਸ਼ਾਪ ਸ਼ੂਟਰ ਸੰਤੋਸ਼ ਯਾਦਵ ਤੋਂ ਵੀ ਬ੍ਰਾਹਮਤ ਕੀਤੇ ਗਏ ਨੇ ਇਹ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਉਂਦਾ ਹੈ ਜਿਸ ਤੋਂ ਬਾਅਦ ਇਹ ਜਿਹੜੇ ਸਾਰੇ ਹਥਿਆਰ ਨੇ ਉਹ ਵੀ ਬ੍ਰਾਹਮਤ ਕੀਤੇ ਗਏ ਨੇ ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਹੁਣ ਇੱਕ ਹੋਰ ਖੁਲਾਸਾ ਹੁੰਦਾ ਹੈ ਕਿ ਗੋਲਡੀ ਬਰਾੜ ਦੇ ਟਿਕਾਣਿਆਂ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਮੁਹੱਈਆ ਕਰਵਾਈ ਜਾਂਦੀ ਹੈ ਲਾਰੈਂਸ ਬਿਸ਼नोई ਨੇ ਤੇ ਲਾਰੈਂਸ ਬਿਸ਼नोई ਨੇ ਇਹ ਗੱਲ ਕਬੂਲੀ ਹੈ ਉਸਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਬੈਠੇ 골ਡੀ ਬਰਾਡ ਦੇ ਨਾਲ ਸਾਡੀ ਗੱਲਬਾਤ ਹੁੰਦੀ ਸੀ ਔਰ ਇਸ ਦੇ ਨਾਲ ਹੀ ਉਸਨੇ ਇਹ ਵੀ ਗੱਲ ਕਬੂਲੀ ਹੈ ਕਿ ਅਸੀਂ ਸਿਗਨਲ ਐਪ ਦੇ ਜਰੀਏ ਸਾਰੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਸੀ ਤਾਂ ਹੁਣ ਉਸਨੇ 골ਡੀ ਬਰਾਡ ਦੇ ਜਿਹੜੇ ਟਿਕਾਣੇ ਹੈਗੇ ਨੇ ਉਹਨਾਂ ਬਾਰੇ ਵੀ ਜਿਹੜਾ ਖੁਲਾਸਾ ਕੀਤਾ ਹੈ ਤਾਂ ਇਸ ਵੇਲੇ ਇਸ ਵੇਲੇ ਦੀ ਖਬਰ ਤਾਂ ਦਸ ਰਿਹਾ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ 골ਡੀ ਬਰਾਡ ਦੇ ਟਿਕਾਣਿਆਂ ਦਾ ਜਿਹੜਾ ਪਤਾ ਹੈ ਉਹ ਦੱਸਿਆ ਗਿਆ ਹੈ ਲਾਰੈਂਸ ਬਿਸ਼ਨੋਈ ਦੇ ਵੱਲੋਂ ਤਾਂ ਲਾਰੈਂਸ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕਿ 골ਡੀ ਬਰਾਡ ਕੈਨੇਡਾ ਦੇ ਵਿੱਚ ਕਿੱਥੇ ਕਿੱਥੇ ਰਹਿ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਸਿੱਧੂ ਦਾ ਕਤਲ ਕਰਨ ਦੇ ਲਈ ਪੂਰੀ ਜੜੀ ਸਾਜ਼ਿਸ਼ ਹੈ ਉਹ ਰਚੀ ਗਈ ਹੈਗੀ ਹੈ ਤਾਂ ਇਸ ਦੌਰਾਨ 골ਡੀ ਬਰਾਜ ਜਿਨੇ ਵੀ ਟਿਕਾਣੇ ਨੇ ਕੈਨੇਡਾ ਦੇ ਵਿੱਚ ਉਹ ਸਾਰੇ ਜਿਹੜੇ ਪੁਲਿਸ ਤੇ ਤਾਈ ਦੱਸੇ ਗਏ ਨੇ ਔਰ ਨਾਲ ਹੀ ਹੁਣ ਤੱਕ ਕਿੰਨੀਆਂ ਜੜੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਹੁਣ ਤੱਕ ਕਈ ਜੜੀਆਂ ਇਸ ਵੇਲੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕੱਲ ਵੀ ਲਾਰੈਂਸ ਬਿਸ਼ਨੋਈ ਨੂੰ ਆਮੋ ਸਾਹਮਣੇ ਜਿਹੜਾ ਬਿਠਾ ਕੇ ਇਸ ਵੇਲੇ ਉਹ ਤੋਂ ਪੁੱਛਗਿੱਛ ਕੀਤੀ ਗਈ ਹੈ ਲੰਬੀ ਪੁੱਛਗਿੱਛ ਹੁੰਦੀ ਹੈ ਪਹਿਲੇ ਦਿਨ ਲਾਰੈਂਸ ਬਿਸ਼ਨੋਈ ਤੋਂ 11 ਘੰਟੇ ਦੀ ਪੁਸ਼ਕਿਸ਼ ਹੁੰਦੀ ਹੈ ਉਸ ਤੋਂ ਅਗਲੇ ਦਿਨ ਬਾਅਦ 5 ਘੰਟੇ 37 ਮਿੰਟ ਦੀ ਪੁਸ਼ਕਿਸ਼ ਹੁੰਦੀ ਹੈ ਤੇ ਲਗਾਤਾਰ ਹੁਣ ਪੁਲਿਸ ਪੁਸ਼ਕਿਸ਼ ਕਰਦੀ ਪਈ ਹੈ ਲਾਰੈਂਸ ਬਿਸ਼ਨੋਈ ਤੋਂ ਕਿਸ ਤਰੀਕੇ ਦੇ ਨਾਲ ਲਾਰੈਂਸ ਜਿਹੜਾ ਹੈ ਉਸ ਨੂੰ ਬਾਹਰ ਜਿਹੜੇ ਖੁਲਾਸੇ ਨੇ ਕੀਤੇ ਜਾਂਦੇ ਨੇ ਉਹਦੇ ਵੱਲੋਂ ਔਰ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਤਾਂ ਕਿਸ ਤਰੀਕੇ ਨਾਲ ਪਲਾਨਿੰਗ ਪੂਰੀ ਹੋਈ ਹੈ ਹਾਲੇ ਤੱਕ ਜਿਹੜੇ ਇਹ ਪੂਰੀ ਜਿਹੜੀ ਜਾਣਕਾਰੀ ਹੈ ਉਹ ਲੌਰੈਂਸ ਮਿchnoi ਨਹੀਂ ਦੇ ਰਿਹਾ ਪਰ ਜਿਵੇਂ ਜਿਵੇਂ ਪੁਲਿਸ ਲਗਾਤਾਰ ਉਸ ਤੇ ਦਬਾਅ ਬਣਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਸ ਨੇ ਇਹ ਟਿਕਾਣੇ ਜਿਹੜੇ ਨੇ ਗੋਲਡੀ ਬਰਾੜ ਦੇ ਦੱਸ ਦਿੱਤੇ ਨੇ ਹਾਲਾਂਕਿ ਗੋਲਡੀ ਬਰਾੜ ਦੇ ਜੀਜੇ ਨੂੰ ਵੀ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀ ਆ ਹੁਸ਼ਿਆਰਪੁਰ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਖਰੜ ਤੇ ਦੋਨੋਂ ਨੂੰ ਆਮੋ ਸਾਹਮਣੇ ਜਿਹੜੇ ਬਿਠਾਏ ਗਏ ਨੇ ਤਾ ਇਸ ਦੇ ਨਾਲ ਹੀ ਅਮੋ ਸਾਹਮਣੇ ਬਿਠਾ ਕੇ 골ਡੀ ਬਰਾੜ ਦੇ ਜੀਜੇ ਤੋਂ ਵੀ ਬਹੁਤ ਕੁਝ ਜਿਹੜਾ ਖੁਲਾਸੇ ਹੋਏ ਨੇ ਉਹਦੇ ਬਲੋ ਹਾਲ ਤੱਕ ਉਹ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ ਸਾਹਮਣੇ ਪਰ ਇਸ ਵੇਲੇ ਇਹ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ 골ਡੀ ਬਰਾੜ ਦੇ ਜਿਹੜੇ ਟਿਕਾਣਿਆਂ ਦਾ ਪਤਾ ਹੈ ਉਹ ਜ਼ਰੂਰ ਦੱਸਿਆ ਹੈ ਇਸ ਵੇਲੇ ਕੈਨੇਡਾ ਦੇ ਵਿੱਚ 골ਡੀ ਬਰਾੜ ਬੈਠਾ ਹੋਇਆ ਹੈ ਔਰ ਕਿਸ ਤਰੀਕੇ ਦੇ ਨਾਲ ਸਿਗਨਲ ਐਪ ਦੇ ਜਰੀਏ ਉਹ ਗੱਲਬਾਤ ਕਰਦੇ ਸੀ ਇਹ ਵੀ ਜਿਹੜੀ ਇਸ ਵੇਲੇ ਹੈ ਆ ਸਾਹਮਣੇ ਜਿਹੜਾ ਇਸ ਵੇਲੇ ਆ ਉਹ ਆਰੀ ਹੈ ਤਾਂ ਫਲਹਾਜ ਗਰੂਪ ਰੂਪਾ ਤੇ ਮੋਨੂ ਕਸਾਨੂੰ ਲਾਰੈਂਸ ਬਿਸ਼ਰੋਈ ਨੇ ਪਹਿਚਾਣਿਆ ਹੈ ਔਰ ਉਸਨੇ ਕਿਹਾ ਹੈ ਕਿ ਦੋਵੇਂ 골ਡੀ ਬਰਾਡ ਦੇ ਸੰਪਰਕ ਵਿੱਚ ਸੀ ਤਾਂ ਲਾਰੈਂਸ ਤੋਂ ਲਗਾਤਾਰ ਜਿਹੜੀ ਪੁਸ਼ ਗਿਸ਼ ਕੀਤੀ ਜਾ ਰਹੀ ਹੈ ਤਸਵੀਰ ਦੀ ਵੱਡੀ ਖਬਰ ਸੂਤਰਾਂ ਦੇ ਵੱਲੋਂ ਆ ਰਹੀ ਹੈ ਕਿ ਲਾਰੈਂਸ ਬਿਸ਼ਰੋਈ ਨੇ ਵੱਡਾ ਖੁਲਾਸਾ ਕੀਤਾ ਹੈ ਕੈਨੇਡਾ ਦੇ ਵਿੱਚ ਬੈਠੇ 골ਡੀ ਬਰਾਡ ਦੇ ਟਿਕਾਣਿਆਂ ਦਾ ਪਤਾ ਜਿਹੜਾ ਪੁਲਿਸ ਨੂੰ ਦੱਸਿਆ ਹੈ ਔਰ ਇਸ ਦੇ ਨਾਲ ਹੀ 골ਡੀ ਬਰਾਡ ਦੇ ਸਾਥੀਆਂ ਦੇ ਰਾਜ਼ ਵੀ ਖੋਲੇ ਨੇ ਤੇ ਜਿਹੜੇ ਦੋ ਸ਼ਾਪ ਸ਼ੂਟਰਾਂ ਮੋਨੂ ਕੁਸਾ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਤੇ ਜਗਰੂ ਰੂਪਾ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਨਾ ਨਵੇਂ ਜੜੀ ਉਹਨਾਂ ਦੀ ਪਛਾਣ ਹੈ ਉਹ ਵੀ ਕੀਤੀ ਹੈ ਤਾਂ ਦੋ ਸ਼ਾਪ ਸ਼ੂਟਰਾਂ ਦੀ ਪਛਾਣ ਵੀ ਲారెنس ਵਿਸ਼ਨੋਈ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਹਾਲਾਂਕਿ ਸੰਤੋਸ਼ যাদব ਜੋ ਕਿ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਉੱਥੋਂ ਦੀ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਕੋਲ 13 ਹਥਿਆਰ ਬਰਾਮਦ ਹੋਏ ਨੇ ਔਰ ਇਸਨੇ 81 ਕਿ ਇਹ ਨਹੀਂ ਹੈਗਾ ਕਤਲ ਵਾਲੇ ਦਿਨ ਪਰ ਇਸ ਦੇ ਜਿਹੜੇ ਤਾਰ ਨੇ ਉਹ ਜੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਲਗਾਤਾਰ ਜਿਹੜੀ ਹੈ ਇਸ ਵੇਲੇ ਨਿਤ ਦਿਨ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਲਾਰੈਂਸ ਬਿਸ਼ਨੋਈ ਨੇ ਫਿਲਹਾਲ 골ਡੀ ਬਰਾਡ ਦੇ ਟਿਕਾਣਿਆਂ ਦਾ ਪਤਾ ਪੰਜਾਬ ਪੁਲਿਸ ਨੂੰ ਦੱਸ ਦਿੱਤਾ ਹੈ